ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਉਬਲੀ ਹੋਈ ਅਰਬੀ ਦੀ ਗ੍ਰੇਵੀ ਅਤੇ ਇਹ ਦੇਖੋ ਜੀ ਆਪਾਂ ਅੱਧਾ ਕਿਲੋ ਅਰਬੀ ਲਈ ਆ ਹੁਣ ਆਪਾਂ ਇਹਨੂੰ ਕੁੱਕਰ ਵਿੱਚ ਪਾਵਾਂਗੇ ਇਹ ਦੇਖੋ ਜੀ ਪਾਣੀ ਗਰਮ ਹੋ ਗਿਆ ਆਪਾਂ ਅਰਬੀ ਨੂੰ ਕੁੱਕਰ ਵਿੱਚ ਪਾ ਕੇ ਦੋ ਸੀਟੀਆਂ ਮਰਵਾਉਣੀਆਂ ਅਤੇ ਉਸ ਤੋਂ ਬਾਅਦ ਫਿਰ ਇਹਨੂੰ ਬਣਾਵਾਂਗੇ ਉਨੀ ਦੇਰ ਆਪਾਂ ਗ੍ਰੇਵੀ ਦਾ ਮਸਾਲਾ ਤਿਆਰ ਕਰ ਲਈਏ ਇਹ ਦੇਖੋ ਜੀ ਆਪਾਂ ਅਰਬੀ ਉਬਾਲ ਲਈ ਉਬਾਲ ਕੇ ਛਿੱਲ ਲਈ ਛਿੱਲ ਕੇ ਆਪਾਂ ਬਾਊਲ 'ਚ ਪਾ ਲਈਏ ਤਾਂ ਹੁਣ ਆਪਾਂ ਆਪਣੀ ਅਰਬੀ ਦੀ ਗ੍ਰੇਵੀ ਵਾਸਤੇ ਤੁਹਾਨੂੰ ਮਸਾਲਾ ਦੱਸੀਏ ਨੰਬਰ ਇੱਕ ਹੈ ਨਮਕ ਹੈ ਇਹ ਹੈਗਾ ਅਮਚੂਰ ਪਾਊਡਰ ਇਹ ਹੈਗਾ ਰਾਈ ਦਾਣਾ ਸਾਬਤ ਜੀਰਾ ਹਿੰਗ ਇਹ ਹੈਗਾ ਗਰਮ ਮਸਾਲਾ ਧਨੀਆ ਪਾਊਡਰ ਇਹ ਹੈਗੀ ਹੈ ਹਲਦੀ ਇਹ ਹੈਗਾ ਆਇਲ ਤੜਕਾ ਲਾਉਣ ਵਾਸਤੇ ਇਹ ਜੀ ਗ੍ਰੇਵੀ ਵਾਸਤੇ ਪਿਆਜ਼ ਲਿਆ ਇੱਕ ਪਿਆਜ਼ ਨੂੰ ਮਿਕਸ ਕਰ ਲਿਆ ਮਿਕਸੀ ਵਿੱਚ ਧਨੀਆ ਲਿਆ ਟਮਾਟਰ ਲਏ ਦੋ ਉਹਨਾਂ ਨੂੰ ਮਿਕਸੀ 'ਚ ਕਰ ਲਿਆ ਗ੍ਰੈਂਡ ਅਤੇ ਇਹ ਜੀ ਅਦਰਕ ਲਿਆ ਲਸਣ ਲਿਆ ਇਹ ਲਈ ਮਲਾਈ ਗ੍ਰੇਵੀ ਵਾਸਤੇ ਇਹ ਲਿਆ ਪਾਣੀ ਦਾ ਜੱਗ ਆਪਾਂ ਹੁਣ ਆਪਣੀ ਅਰਬੀ ਨੂੰ ਕੱਟ ਕੇ ਛੋਟੇ ਛੋਟੇ ਪੀਸ ਬਣਾ ਕੇ ਤਲਾਂਗੇ ਪਹਿਲੇ ਆਪਾਂ ਪਾਵਾਂਗੇ ਆਪਣੇ ਫਰਾਈ ਪੈਨ 'ਚ ਤੇਲ ਗੈਸ ਨੂੰ ਥੋੜ੍ਹਾ ਜਿਹਾ ਤੇਜ਼ ਕਰਾਂਗੇ ਹੁਣ ਆਪਾਂ ਅਰਬੀ ਨੂੰ ਇਸ ਤਰ੍ਹਾਂ ਕੱਟਾਂਗੇ ਕੱਟ ਕੇ ਇਹਨੂੰ ਇੱਦਾਂ ਕਰਕੇ ਇੱਦਾਂ ਗੋਲ ਬਣਾ ਲੈਣਾ ਇਹਦਾ ਤਲ ਲੈਣਾ ਪਲਟ ਕੇ ਆਪਾਂ ਤਲ ਲੈਣਾ ਬਹੁਤਾ ਨਹੀਂ ਤਲਣਾ ਹੈਗਾ ਪਰ ਥੋੜ੍ਹਾ ਫਰਾਈ ਕਰਨਾ ਇਹਨਾਂ ਨੂੰ ਹੁਣ ਇੱਦਾਂ ਹੀ ਆਪਾਂ ਸਾਰੀਆਂ ਅਰਬੀਆਂ ਆਪਣੀਆਂ ਇੱਦਾਂ ਤਲ ਲੈਣੀਆਂ ਆਹ ਦੇਖੋ ਜੀ ਆਪਾਂ ਹੁਣ ਇਸੇ ਤਰੀਕੇ ਨਾਲ ਹੀ ਸਾਰੀਆਂ ਤਲ ਲੈਣੇ ਆ ਅਰਬੀ ਨੂੰ ਤਲ ਕੇ ਅਤੇ ਇਸੇ ਤਰੀਕੇ ਨਾਲ ਆਪਾਂ ਸਾਰੇ ਬਾਹਰ ਕੱਢ ਲੈਣੇ ਆ ਅਤੇ ਇਸੇ ਤਰੀਕੇ ਨਾਲ ਸਾਰੀਆਂ ਤਲ ਲੈਣੀ ਆ ਆਪਾਂ ਦੇਖੋ ਜੀ ਆਪਣੀ ਸਾਰੀ ਅਰਬੀਆਂ ਦੇ ਫਰਾਈ ਹੋ ਗਈ ਆ ਸਾਰੀ ਅਰਬੀ ਆਪਾਂ ਹੁਣ ਕਰੀਏ ਇਹਦੀ ਗ੍ਰੇਵੀ ਤਿਆਰ ਦੇਖੋ ਹੁਣ ਆਪਾਂ ਪਾਵਾਂਗੇ ਕੜਾਹੀ 'ਚ ਤੇਲ ਤੇਲ ਪਾ ਕੇ ਤੇਲ ਨੂੰ ਗਰਮ ਕਰਾਂਗੇ ਆਪਣਾ ਤੇਲ ਗਰਮ ਹੋ ਗਿਆ ਹੁਣ ਆਪਾਂ ਵਿੱਚ ਪਾਵਾਂਗੇ ਹਿੰਗ ਜੀਰਾ ਰਾਈ ਦਾਣਾ ਆ ਦੇਖੋ ਜੀਰਾ ਆਪਣਾ ਹੋ ਗਿਆ ਆਪਾਂ ਹੁਣ ਪਾਵਾਂਗੇ ਵਿੱਚ ਅਦਰਕ ਅਤੇ ਲਸਣ ਦਾ ਪੇਸਟ ਆ ਦੇਖੋ ਜੀ ਆਪਣਾ ਅਦਰਕ ਅਤੇ ਲਸਣ ਬਿਲਕੁਲ ਬਰਾਊਨ ਹੋ ਗਿਆ ਆਪਾਂ ਹੁਣ ਪਾਵਾਂਗੇ ਵਿੱਚ ਪਿਆਜ਼ ਹੁਣ ਅਸੀਂ ਪਿਆਜ਼ ਨੂੰ ਚੰਗੀ ਤਰ੍ਹਾਂ ਗੋਲਡਨ ਬਰਾਊਨ ਕਰਾਂਗੇ ਚੰਗੀ ਤਰ੍ਹਾਂ ਅਤੇ ਉਸ ਤੋਂ ਬਾਅਦ ਪਾਵਾਂਗੇ ਵਿੱਚ ਦੇਖੋ ਜੀ ਆਪਣੇ ਪਿਆਜ਼ ਹੋ ਗਏ ਬਰਾਊਨ ਹੁਣ ਆਪਾਂ ਪਾਵਾਂਗੇ ਨਾਲ ਹੀ ਗ੍ਰੇਵੀ ਵਾਸਤੇ ਨਮਕ ਟੇਸਟ ਅਨੁਸਾਰ ਹਲਦੀ ਇੱਕ ਚਮਚ ਇਹ ਜੀ ਆਪਾਂ ਪਾਇਆ ਲਾਲ ਮਿਰਚ ਦਾ ਪਾਊਡਰ ਗਰਮ ਮਸਾਲਾ ਨਾਲ ਹੀ ਧਨੀਆ ਪਾਊਡਰ ਨਾਲ ਹੀ ਆਪਾਂ ਪਾਵਾਂਗੇ ਟਮਾਟਰ ਦੇਖੋ ਜੀ ਨਾਲ ਹੀ ਆਪਾਂ ਪਾਵਾਂਗੇ ਦੇਗੀ ਮਿਰਚ ਨਾਲ ਹੀ ਆਪਾਂ ਪਾਵਾਂਗੇ ਅਮਚੂਰ ਪਾਊਡਰ ਨਾਲ ਹੀ ਆਪਾਂ ਪਾਵਾਂਗੇ ਥੋੜ੍ਹਾ ਜਿਹਾ ਧਨੀਆ
ਹੁਣ ਚੰਗੀ ਤਰ੍ਹਾਂ ਮਸਾਲੇ ਨੂੰ ਪਕਾਵਾਂਗੇ। ਥੋੜ੍ਹੀ ਜਿਹੀ ਮਲਾਈ ਪਰਾਂ ਪਾਵਾਂਗੇ, ਫਰੈਸ਼ ਮਲਾਈ ਚਾਰ ਚਮਚੇ। ਅੱਧੀ ਦੀ ਗ੍ਰੇਵੀ ਬਣ ਕੇ ਤਿਆਰ ਹੋ ਗਈ ਹੈ, ਵੇਖੋ ਕਿੱਡਾ ਸੋਹਣਾ ਵਿੱਚ ਬਣ ਗਿਆ, ਤੇਲ ਆ ਗਿਆ ਉੱਪਰ, ਆਪਣਾ ਤੜਕਾ ਹੋ ਗਿਆ ਵਧੀਆ। ਆਪਾਂ ਹੁਣ ਪਾਣੀ ਪਾਵਾਂਗੇ ਗ੍ਰੇਵੀ ਵਾਸਤੇ ਇਹਦੇ ਵਿੱਚ। ਆਪਾਂ ਗ੍ਰੇਵੀ ਨੂੰ ਚੰਗੀ ਤਰ੍ਹਾਂ ਪਕਾਵਾਂਗੇ, ਪਕਾ ਕੇ ਫਿਰ ਵਿੱਚ ਆਪਾਂ ਪਾਵਾਂਗੇ ਅਰਬੀ ਦੇ ਤਲੇ ਹੋਏ ਪੀਸ। ਜੀ ਆਪਣੀ ਅਰਬੀ ਦੀ ਉਬਲੀ ਹੋਈ ਅਰਬੀ ਦੀ ਗ੍ਰੇਵੀ ਬਣ ਕੇ ਤਿਆਰ ਹੋ ਗਈ ਹੈ, ਬਿਲਕੁਲ ਪਰਫੈਕਟ ਤਿਆਰ ਹੋ ਗਈ ਹੈ। ਆਪਾਂ ਉਹਦੇ ਵਿੱਚ ਪਾਵਾਂਗੇ ਅਰਬੀ ਨੂੰ।